ਪੰਜਾਬੀ ਰੀਡਰ 7A 2020 ਐਡੀਸ਼ਨ ਲੈਸਨ 11 ਵਿੱਚ ਧੰਨ ਜੀ ਆਇਆਂ ਨੂੰ ਅੱਜ ਫਿਰ ਅਸੀਂ ਬਹੁਤ ਪਿਆਰੀ ਸਾਖੀ ਪੜ੍ਹਾਂਗੇ ਭਾਈ ਮਰਦਾਨਾ ਜੀ ਅਤੇ ਪੱਥਰ ਇਸ ਪਾਠ ਵਿੱਚ ਆਏ ਔਖੇ ਸ਼ਬਦ ਪੜ੍ਹਨੇ ਅਤੇ ਇਹਨਾਂ ਦੇ ਮਤਲਬ ਸਿੱਖੋ ਪੇ ਸਪੈਸ਼ਲ ਅਟੈਂਸ਼ਨ ਟੂ ਐਜੈਕਟਿਵਸ ਦੈਟ ਡਿਸਕ੍ਰਾਈਬ ਥਿੰਗਸ ਐਜੈਕਟਿਵਸ ਆਰ ਕਾਲਡ ਵਿਸ਼ੇਸ਼ਣ ਇਨ ਪੰਜਾਬੀ ਕੈਨ ਯੂ ਸੇ ਵਿਸ਼ੇਸ਼ਣ ਵਿਸ਼ੇਸ਼ ਮੀਨਸ ਸਪੈਸ਼ਲ ਵਿਸ਼ੇਸ਼ਣ ਦੈਟ ਮੇਕਸ ਸਮਥਿੰਗ ਸਪੈਸ਼ਲ से वर्ड्स आफ्टर मी लंघ रहे पैसिंग बाय बस्ती कॉलोनी अमोलक प्राइसलैस बिग सैक लाल जवाहर जेम्स एंड जूल्स सोने दिया मोर गोल्ड कोइंस, परवाह नहीं की डिडेंट केयर, निरंकार Another name for vaigru Vadmuli, something that has big price. Vadmuli, big price. Dekhda hi gaya. was astonished, kept looking. Muli, radish or daikon. Sraf, jeweler you remember Guru Nanak Dev Ji? Um, he has a special way of teaching lessons to everybody who's around him. And he's with Bhai Mardana and Bhai Mardana has many questions and Guru Nanak Dev Ji doesn't give him answers but tells him to do things and then Mardana learns it. Guru Nanak Dev Ji bahut anokhe guru san. 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 ਇੱਕ ਵਾਰੀ ਗੁਰੂ ਨਾਨਕ ਅਤੇ ਪਾਈ ਮਰਦਾਨਾ ਹੜੱਪੇ ਪਿੰਡ ਦੇ ਕੋਲੋਂ ਲੰਘ ਰਹੇ ਸਨ ਪਾਈ ਮਰਦਾਨੇ ਨੇ ਗੁਰੂ ਜੀ ਕੋਲੋਂ ਕੁਝ ਖਾਣ ਲਈ ਮੰਗਿਆ ਗੁਰੂ ਜੀ ਨੇ ਕਿਹਾ ਮਰਦਾਨਿਆਂ ਜਾ ਬਸਤੀ ਵਿੱਚ ਜਾਵੜ ਮੰਗੀ ਨਾ ਬਸ ਖਲੋ ਜਾਵੀ ਜੇ ਕੋਈ ਤੈਨੂੰ ਕੁਝ ਦੇਵੇ ਜੋ ਕੋਈ ਤੈਨੂੰ ਕੁਝ ਦੇਵੇ ਖਾਵੇਂ ਜੋ ਦੇਵੇ ਉਹ ਪਾਵੇਂ ਸੋ ਵੇਅਰ ਵਾਟ ਦੇ ਗਿਵ ਯੂ ਈਟ ਵਾਟ ਦੇ ਗਿਵ ਯੂ ਬਟ ਡੋਨਟ ਬੈਗ ਪਾਈ ਮਰਦਾਨਾ ਜੀ ਬਸਤੀ ਵਿੱਚ ਗਏ ਕੁਝ ਲੋਕ ਉਹਨਾਂ ਨੂੰ ਦੇਖ ਕੇ ਖੁਸ਼ ਹੋਏ ਉਹਨਾਂ ਨੇ ਚੰਗੇ ਖਾਣੇ ਚੰਗੇ ਕੱਪੜੇ ਸੋਨੇ ਦੀਆਂ ਮੋਹਰਾ ਉਹਨਾਂ ਦੇ ਅੱਗੇ ਰੱਖ ਦਿੱਤੀਆਂ ਪਾਈ ਮਰਦਾਨਾ ਵੀ ਖੁਸ਼ ਹੋਏ ਇੱਕ ਵੱਡੀ ਪੰਡ ਇਹਨਾਂ ਚੀਜ਼ਾਂ ਦੀ ਬੰਨ੍ਹ ਕੇ ਗੁਰੂ ਜੀ ਵੱਲ ਤੁਰ ਪਏ ਰਾਹ ਵਿੱਚ ਕੁਝ ਲੋਕ ਇਸ ਤਰ੍ਹਾਂ ਦੇ ਵੀ ਮਿਲੇ ਜਿਨ੍ਹਾਂ ਨੇ ਉਹਨਾਂ ਵੱਲ ਦੇਖਿਆ ਵੀ ਨਾ ਪਾਈ ਮਰਦਾਨੇ ਦਾ ਮਨ ਕੁਝ ਉਦਾਸ ਹੋਇਆ it doesn't feel good to be ignored right ਪਾਈ ਮਰਦਾਨ ਨੇ ਨੇ ਵਾਪਸ ਆ ਕੇ ਗੁਰੂ ਨਾਨਕ ਨੂੰ ਦੱਸਿਆ ਕਿ ਕੁਝ ਲੋਕਾਂ ਨੇ ਉਸ ਨੂੰ ਬਹੁਤ ਪਿਆਰ ਕੀਤਾ ਪਰ ਕੁਝ ਨੇ ਕੋਈ ਪਰਵਾਹ ਨਹੀਂ ਕੀਤੀ ਇਹ ਕਿਉਂ ਚੱਲ ਮਰਦਾਨਿਆ ਸਤ ਕਰਤਾਰ ਨਿਰੰਕਾਰ ਭਲੀ ਕਰੇਗਾ ਗੁਰੂ ਜੀ ਨੇ ਕਿਹਾ ਪਰ ਪਾਈ ਮਰਦਾਨੇ ਦੇ ਪ੍ਰਸ਼ਨ ਦਾ ਕੋਈ ਉੱਤਰ ਨਾ ਦਿੱਤਾ ਗੁਰੂ ਨਾਨਕ ਦੇਵ ਜੀ ਦਾ ਸਮਝਾਉਣ ਦਾ ਵੱਖਰਾ ਹੀ ਤਰੀਕਾ ਸੀ ਉਹ ਦੱਸਦੇ ਨਹੀਂ ਸਨ ਉਹ ਦਿਖਾ ਦਿੰਦੇ ਸਨ ਠੀਕ ਸਮਾਂ ਆਵੇਗਾ ਤਪਾਈ ਮਰਦਾਨਾ ਜੀ ਨੂੰ ਇਹ ਗੱਲ ਸਮਝਾ ਦੇਣਗੇ ਤੁਰਦੇ ਗਏ ਤੁਰਦੇ ਗਏ ਪਟਨਾ ਸ਼ਹਿਰ ਦੇ ਬਾਹਰ ਰੁਕੇ ਭਾਈ ਮਰਦਾਨੇ ਨੂੰ ਭੁੱਖ ਬਹੁਤ ਲੱਗੀ ਗੁਰੂ ਜੀ ਨੇ ਉਸ ਨੂੰ ਇੱਕ ਛੋਟਾ ਜਿਹਾ ਲਾਲ ਜਵਾਹਰ ਦਿੱਤਾ ਤੇ ਕਿਹਾ ਇਹ ਪੱਥਰ ਲੈ ਜਾ ਜਾ ਕੇ ਬਾਜ਼ਾਰ ਵਿੱਚੋਂ ਕੁਝ ਲੈ ਆ ਵੇਖ ਕੀ ਮਿਲਦਾ ਹੈ ਪਾਈ ਮਰਦਾਨਾ ਪੱਥਰ ਲੈ ਗਏ ਉਹ ਇੱਕ ਸਬਜੀ ਵਾਲੇ ਕੋਲ ਗਏ ਅਤੇ ਉਸ ਕੋਲੋਂ ਇਸ ਪੱਥਰ ਦੀ ਕੀਮਤ ਪੁੱਛੀ ਇਸ ਪੱਥਰ ਦੀ ਇੱਕ ਮੂਲੀ ਦੇ ਦਿਆਂਗਾ ਪਾਈ ਮਰਦਾਨਾ ਨੇ ਸੋਚਿਆ ਕਿ ਇੱਕ ਮੂਲੀ ਨਾਲ ਕੀ ਬਣੇਗਾ ਪਾਈ ਮਰਦਾਨਾ ਜੀ ਉੱਥੋਂ ਬਾਹਰ ਨਿਕਲ ਆਏ ਉਹ ਹੀ ਪੱਥਰ ਲੈ ਕੇ ਪਾਈ ਮਰਦਾਨਾ ਜੀ ਇੱਕ ਹਲਵਾਈ ਦੀ ਦੁਕਾਨ ਤੇ ਗਏ ਇੱਕ ਕਨਫੈਕਸ਼ਨਰ ਮਿਠਾਈ ਦੀ ਦੁਕਾਨ ਤੇ ਇੱਕ ਵੇਲੇ ਦੀ ਰੋਟੀ ਦੇ ਦੇਾਂਗਾ ਦੁਕਾਨਦਾਰ ਨੇ ਕਿਹਾ ਭਾਈ ਮਰਦਾਨਾ ਜੀ ਨੂੰ ਇਹ ਵੀ ਘੱਟ ਲੱਗੀ ਉਹੀ ਪੱਥਰ ਲੈ ਕੇ ਭਾਈ ਮਰਦਾਨਾ ਜੀ ਇੱਕ ਕੱਪੜੇ ਦੀ ਦੁਕਾਨ ਤੇ ਗਏ ਮੈਂ ਤੈਨੂੰ 2 ਗੱਜ ਕਪੜਾ ਦੇ ਦੇਾਂਗਾ ਪਰ ਇਹ ਇੱਕ ਪੱਥਰ ਕੀਮਤੀ ਹੈ ਕਿਸੇ ਵੱਡੇ ਸਰਾਫ ਕੋਲ ਲੈ ਜਾਓ ਦੁਕਾਨਦਾਰ ਨੇ ਕਿਹਾ ਭਾਈ ਮਰਦਾਨਾ ਉਸ ਪੱਥਰ ਨੂੰ ਲੈ ਕੇ ਸਾਲਸ ਰਾਏ ਸਰਾਫ ਕੋਲ ਗਏ ਉਸ ਨੇ ਇਹ ਲਾਲ ਜਵਾਹਰ ਦੇਖਿਆ ਅਤੇ ਦੇਖਦਾ ਹੀ ਰਹਿ ਗਿਆ ਉਸਨੇ ਪਾਈ ਮਰਦਾਨੇ ਨੂੰ ਮੱਥਾ ਟੇਕਿਆ ਅਤੇ ਪੁੱਛਿਆ ਇਹ ਲਾਲ ਤੈਨੂੰ ਕਿੱਥੋਂ ਮਿਲਿਆ ਹੈ ਮੇਰੇ ਮਾਲਕ ਨੇ ਦਿੱਤਾ ਹੈ ਪਾਈ ਮਰਦਾਨੇ ਨੇ ਕਿਹਾ ਉਸ ਰਾਫ ਨੇ ਪਾਈ ਮਰਦਾਨੇ ਨੂੰ 100 ਮੋਹਰਾਂ ਦਿੱਤੀਆਂ ਅਤੇ ਲਾਲ ਵੀ ਵਾਪਸ ਕਰ ਦਿੱਤਾ ਇਹ ਪੈਸੇ ਇਸ ਲਾਲ ਦੇ ਦਰਸ਼ਨ ਕਰਨ ਲਈ ਹਨ ਇਹੋ ਜਿਹੇ ਲਾਲ ਕਦੀ-ਕਦਾਈਂ ਦੇਖਣ ਨੂੰ ਮਿਲਦੇ ਹਨ ਸੈਲडम ਰੈਅਰਲੀ ਪਾਈ ਮਰਦਾਨਾ ਬਹੁਤ ਹੈਰਾਨ ਹੋਏ ਉਹਨਾਂ ਨੇ ਸਾਲਸਰਾਏ ਨੂੰ ਕਿਹਾ ਕਿ ਉਹ ਬਹੁਤ ਭੁੱਖੇ ਹਨ ਸਾਲਸਰਾਏ ਨੇ ਬਹੁਤ ਵਧੀਆ ਭੋਜਨ ਪਾਈ ਮਰਦਾਨੇ ਅਤੇ ਗੁਰੂ ਨਾਨਕ ਲਈ ਭੇਜਿਆ ਪਾਈ ਮਰਦਾਨੇ ਨੇ ਵਾਪਸ ਆ ਕੇ ਸਾਰੀ ਕਹਾਣੀ ਗੁਰੂ ਨਾਨਕ ਨੂੰ ਦੱਸੀ ਗੁਰੂ ਨਾਨਕ ਨੇ ਕਿਹਾ ਮਰਦਾਨਿਆ ಅಮੂਲਕ ਚੀਜ਼ਾਂ ਦੀ ਕੀਮਤ ਸਭ ਨੂੰ ਨਹੀਂ ਪਤਾ ਚੰਗੇ ਗੁਣ ਦੇਖਣ ਲਈ ਨਜ਼ਰ ਚਾਹੀਦੀ ਹੈ ਇੱਕ ਚੀਜ਼ ਚੰਗੀ ਨਜ਼ਰ ਵਾਲੀ ਨੂਬੜ ਮੁੱਲੀ ਲੱਗਦੀ ਹੈ ਅਤੇ ਉਹੀ ਚੀਜ਼ ਦੂਸਰੇ ਨੂੰ ਸਸਤੀ ਲੱਗਦੀ ਹੈ। ਪਾਈ ਮਰਦਾਨੇ ਨੂੰ ਸਮਝ ਆ ਗਈ ਕਿ ਕਿਉਂ ਕਈ ਲੋਕ ਉਹਨਾਂ ਨੂੰ ਪਿਆਰ ਕਰਦੇ ਹਨ ਅਤੇ ਕਈ ਲੋਕ ਉਹਨਾਂ ਦੀ ਪਰਵਾਹ ਨਹੀਂ ਕਰਦੇ। ਸਾਨੂੰ ਵੀ ਹਰ ਚੀਜ਼ ਨੂੰ ਚੰਗੀ ਨਜ਼ਰ ਨਾਲ ਦੇਖਣਾ ਚਾਹੀਦਾ ਹੈ। ਹਰ ਚੀਜ਼ ਵਿੱਚ ਚੰਗਿਆਈਆਂ ਦੇਖਣੀਆਂ ਚਾਹੀਦੀਆਂ ਹਨ। ਖਾਸ ਕਰਕੇ ਲੋਕਾਂ ਵਿੱਚ। ਕਈ ਵਾਰ ਸਾਨੂੰ ਕਿਸੇ ਨੂੰ ਦੇਖ ਕੇ ਜਾਂ ਮਿਲ ਕੇ ਗੁੱਸਾ ਆ ਜਾਂਦਾ ਹੈ ਉਸ ਵੇਲੇ ਸਾਨੂੰ ਉਸ ਇਨਸਾਨ ਦੀਆਂ ਚੰਗਿਆਈਆਂ ਬਾਰੇ ਸੋਚ ਲੈਣਾ ਚਾਹੀਦਾ ਹੈ ਇਹ ਕਰਨਾ ਬਹੁਤ ਔਖਾ ਹੈ ਦਿਸ ਇਸ ਅ ਮਿਸਟੇਕ ਇ ਇਹ ਕਰਨਾ ਬਹੁਤ ਔਖਾ ਹੈ ਪਰ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਕਰਨ ਨਾਲ ਸਾਡਾ ਮਨ ਸ਼ਾਂਤ ਅਤੇ ਜ਼ਿੰਦਗੀ ਖੁਸ਼ ਰਹੇਗੀ so this is a long saket it has 636 words and you are reading 70 words per minute at least And you should be able to read this in eight minutes, seven or eight minutes. Okay. So I hope you like the saki. I hope you enjoyed it. I love it. And um, I want to practice this, what Guru Nanak is teaching us. Now, if you have time, you can read the saki now and then find all the vocabulary words in the saki. And then for your homework, som varkar dakam. Remember, vitiation are adjectives. ਮੰਗਲਵਾਰ ਕਾਡਾ ਕੰਮ ਸ਼ਬਦਾਂ ਨੂੰ ਉਹਨਾਂ ਦੇ ਮਤਲਬ ਨਾਲ ਜੋੜੋ ਸੋ ਹੀਰ ਆਰ ਯਰ ਵਰਡਸ ਹੀਰ ਆਰ ਦਾ ਮੀਨਿੰਗਸ ਯੂ نو ਹਾਊ ਟੂ ਡੂ ਥਿਸ ਦੈਨ ਯੂ ਹੈਵ ਟੂ ਰਾਈਟ ਆਨਸਰਸ ਟੂ ਥੀਸ ਕੁਐਸਚਨਸ ਇਨ ਕੰਪਲੀਟ ਸੈਂਟੈਂਸਸ ਠੀਕ ਹੈ ਵੀਰਵਾਰ ਕਾਡਾ ਕੰਮ ਕੀ ਹੈ ਟਾਈਮਰ ਸ਼ੁਰੂ ਕਰੋ ਸਾਖੀ ਪੜੋ ਕਿੰਨੇ ਮਿੰਟ ਲੱਗੇ ਠੀਕ ਹੈ ਸੋ ਯੂ ਕੈਨ ਡੂ ਦਿਸ ਔਨ ਵੈਨਸਡੇ ਇਫ ਯੂ ਵਾਂਟ ਟੂ অর ਯੂ ਕੈਨ ਡੂ ਇਨ ਵਨ ਡੇ ਇਫ ਯੂ ਵਾਂਟ ਟੂ ਠੀਕ ਹੈ ਯੂਰ ਚੋਇਸ ਸੋ ਗੋ ਹੈਡ ਐਂਡ ਰੀਡ ਦਿਸ ਸਾਖੀ ਅਗੇਨ ਮੇਕ ਸ਼ੂਰ ਯੂ ਟੈਲ ਦਿਸ ਸਾਖੀ ਟੂ ਸਮਬਡੀ ਇਨ ਯੂਰ ਫੈਮਿਲੀ ਦੇ ਊਡ ਲਵ ਇਟ ਕਾ ਆਈ ਆਮ ਸ਼ੂਰ ਦੇ ਹੈਵਨਟ ਰੈਡ ਇਟ ਆਲਰੈਡੀ ਸੋ ਹੈਵ ਫਨ ਐਂਡ ਲਰਨ ਪੰਜਾਬੀ ਆਮ ਸੋ ਪ੍ਰਾਊਡ ਆਫ ਯੂ ਹੈਵ ਅ ਗੁੱਡ ਟਾਈਮ ਅੰਟਿਲ ਵੀ ਸੀ ਯੂ ਨੈਕਸਟ ਟਾਈਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ